जालंधर में स्पेशल ब्रांच की पुलिस ने प्रताप बाग के पास स्थित राजन होटल के नजदीक लॉटरी की आड़ में दड़ा सट्टा लगवा रहे लोगों पर रेड करके 5 आरोपियों को काबू किया है। सब इंस्पेक्टर करनैल सिंह ने बताया कि उन्हें इनपुट मिली थी कि उक्त आरोपी लॉटरी की आड़ में दड़ा सट्टा लगवा रहे हैं, जिस पर पुलिस ने थाना 3 की फोर्स के साथ रेड की तो वहां पर 5 आरोपी भागने लगे, जिन्हें राउंड अप कर लिया गया है। आरोपियों को थाना 3 के पुलिस के हवाले कर दिया गया है। जालंधर से वन न्यूज नेटवर्क की खास रिपोर्ट। ਇਹ ਵਿਸ਼ਾਲ ਲਾਟਰੀ ਦੜੇ ਸੱਤੇ ਦਾ ਕੰਮ ਕਰਦੇ ਸੀ ਅਤੇ ਆਪਣੇ ਪਹਿਲੇ ਕਾਫੀ ਦਿਨਾਂ ਦੇ ਮਸ਼ਹੂਰ ਸੀ ਜਿੱਦਾਂ ਅਤੇ ਹੈ ਅਤੇ ਬਾਕੀ ਹੋਰ ਵੀ ਹੈਗੇ ਆ ਪਰ ਬਾਅਦ 'ਚ ਦੇਖਾਂਗੇ ਉਹਨਾਂ ਨੂੰ ਲੇਕਿਨ ਇਹਦੇ ਵਿੱਚ ਇਹ ਵਿਸ਼ਾਲ ਜਿਹੜਾ ਮੇਨ ਸੀ ਬੰਦਾ ਇਹਨੂੰ ਅਸੀਂ ਅਫਸਰਾਂ ਦੇ ਹੁਕਮ ਦੇ ਲੈ ਕੇ ਉਹਨਾਂ ਨੇ ਹੁਕਮ ਦਿੱਤਾ ਇਸ ਕਰਕੇ ਅਸੀਂ ਆ ਕੇ ਅਤੇ ਇਹਨਾਂ ਰੇਡ ਕੀਤਾ ਹੈਗਾ ਅਤੇ ਇਹਦੇ ਵਿੱਚ ਘੱਟੋ ਘੱਟ 25-30 ਹਜ਼ਾਰ ਦੇ ਲਾਗੇ ਬਾਕੀ ਕਾਊਂਟਿੰਗ ਕਰਾਂਗੇ ਉੱਥੇ ਜਾ ਕੇ ਫਿਰ ਪਤਾ ਲੱਗਦਾ ਕੀ ਹੈਗਾ ਸਰ ਹੋਰ ਕੀ ਬਰਾਮਦੀ ਹੋਈ ਇੱਥੇ ਹੋਰ ਬਰਾਮਦੀ ਕੁਝ ਨਹੀਂ ਸ਼ਰਾਬ ਦੀਆਂ ਖਾਲੀ ਬੋਤਲਾਂ ਸੀ ਇੱਥੇ ਐਸ਼ ਰਾਮ ਜੀ ਦੂਸਰਾ ਵੀ ਕੰਮ ਕਰਦੇ ਪੈਸੇ ਦਾ ਕਰਦੇ ਆ ਇੱਥੇ ਸਰ ਬੰਦੇ ਕਿੰਨੇ ਕੁ ਫੜੇ ਗਏ ਬੰਦੇ ਘੱਟੋ ਘੱਟ ਕਿੰਨੇ ਬੰਦੇ ਲੁੱਟ ਹੋ ਗਏ ਬੰਦੇ 10 ਤੋਂ 12 ਦੇ ਵਿੱਚ ਅਜੇ ਕਾਊਂਟਿੰਗ ਨਹੀਂ ਕੀਤੀ ਗੱਡੀਆਂ 'ਚ ਬਿਠਾ ਦਿੱਤੇ ਜਿਹੜਾ ਮੇਨ ਮਾਲਕ ਫੜਿਆ ਗਿਆ ਸਰ ਮੇਨ ਮਾਲਕ ਨਹੀਂ ਫੜਿਆ ਗਿਆ ਮੇਨ ਮਾਲਕ ਇੱਥੇ ਨਹੀਂ ਹੈਗਾ ਮੇਨ ਮਾਲਕ ਲੱਗ ਰਿਹਾ ਉਹ ਕਹਿ ਰਿਹਾ ਕਿ ਮੇਰਾ ਨਾਂ ਹੋਰ ਆ ਮੇਨ ਮਾਲਕ ਜਿਹੜਾ ਹੈਗਾ ਉਹ ਉੱਥੇ ਜਾ ਕੇ ਥਾਣੇ ਜਾ ਕੇ ਪਤਾ ਲੱਗਦਾ ਦੱਸਦੇ ਅਸੀਂ ਇਨਕੁਆਇਰੀ ਕਰਦੇ ਹਾਂ ਉਹਦੀ ਕਿ ਮੇਨ ਮਾਲਕ ਉਹੀ ਆ ਸਾਨੂੰ ਉੱਥੇ ਸ਼ੱਕ ਆ ਉਹੀ ਆ ਫਿਰ ਤੁਹਾਡਾ ਕੀ ਨਾਮ ਹੈ ਠੀਕ ਆ ਮੇਰਾ ਸਰ ਆਪਣੇ ਸਬ ਇੰਸਪੈਕਟਰ ਕਰਨੈਲ ਹਾਂਜੀ ਐਕਚੁਅਲ ਵੈਸੇ ਕੰਮ ਕਿ ਦੜਾ ਸੱਟੇ ਤੇ ਕੀ ਕੰਮ ਕਰ ਰਹੇ ਸੀ ਮਤਲਬ ਕਿਸ ਤਰੀਕੇ ਨਾਲ ਕਰਦੇ ਸਰ ਜੀ ਦੜਾ ਸੱਟੇ ਲਗਾ ਰਿਹਾ ਦਿੱਲੀ ਗਲੀ ਦੀਆਂ ਜਿਹੜੀਆਂ ਨਜਾਇਜ਼ ਹੈਗਾ ਕੰਮ ਉਹ ਕਰ ਰਿਹਾ ਹੈਗਾ ਲੋਕਾਂ ਨੂੰ ਪਬਲਿਕ ਨੂੰ ਆਪਣੇ ਖਰਾਬ ਕਰ ਰਹੇ ਆ ਉਹਨਾਂ ਦਾ ਪੈਸਾ ਬਰਬਾਦ ਕਰ ਰਹੇ ਆ ਉਹਨਾਂ ਨੂੰ ਲੁੱਟ ਰਹੇ ਆ ਬਸ ਆਹ ਹੈ ਸਰ ਜੋ ਕੰਪਿਊਟਰ ਲੱਗੇ ਆ ਕਿ ਸਰਕਾਰ ਵੱਲੋਂ ਲੱਗਿਆ ਕੰਪਿਊਟਰ ਕੁਛ ਹੋਰ ਕੁਛ ਨਹੀਂ ਹੈਗਾ ਕੰਪਿਊਟਰ ਲੱਗਾ ਦਿੱਲੀ ਗਲੀ ਦੀਆਂ ਕੱਢੀ ਜਾਂਦੇ ਆ ਉਹਦੇ ਵਿੱਚੋਂ ਤੇ ਉਹ ਦੇਈ ਜਾਂਦੇ ਆ ਹੱਥ ਨਾਲ ਲਿਖ ਕੇ ਦੇਈ ਜਾਂਦੇ ਆ ਤੇ ਇਸ ਤੋਂ ਇਲਾਵਾ ਹੋਰ ਦੜੇ ਸੱਟੇ ਦਾ ਕੰਮ ਜਿਹੜਾ ਪੂਰਾ ਤੁਹਾਡੇ ਘੜਲਣਾ ਚੱਲਦਾ ਪਿਆ ਸੀ ਪਲੀਜ਼ ਅਗਲੀ ਕਾਰਵਾਈ ਅਸੀਂ ਜੋ ਵੀ ਪੁੱਛੇਸ਼ ਕਰਕੇ ਫਿਰ ਤੁਹਾਨੂੰ ਨੌਲੇਜ ਦੇਵਾਂਗੇ।